ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਨੰਗਲ ਨੇੜੇ ਸਤਲੁਜ ਦਰਿਆ ਤੇ ਬਣਿਆ ਲੱਕੜ ਦਾ ਪੁਲ ਟੁੱਟਣ ਨਾਲ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ। ਆਰਥਿਕ ਸੰਕਟ ਵਿੱਚ ਘਿਰੀ ਪੰਜਾਬੀ ਯੂਨੀਵਰਸਿਟੀ ਦੀ ਸਰਕਾਰ ਨੇ ਰੋਕੀ ਗ੍ਰਾਂਟ, ਤਨਖਾਹਾਂ ਲੈਣ ਲਈ ਪ੍ਰਦਰਸ਼ਨ ਕਰਨ ਤੇ ਮਜਬੂਰ ਹੋਏ ਮੁਲਾਜ਼ਮ। ਸਿਗਰਟ ਦੇ ਪੈਸੇ ਮੰਗਣ ਨੂੰ ਲੈ ਕੇ ਬਦਮਾਸ਼ਾਂ ਨੇ ਕੀਤਾ ਦੁਕਾਨਦਾਰ ਦਾ ਕਤਲ, ਦੋਸ਼ੀ ਫਰਾਰ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਖਿਲਾਫ਼ ਸੰਸਦ ਵਿੱਚ ਸਪੀਕਰ ਨੂੰ ਦਿੱਤਾ ਵਿਸ਼ੇਸ਼ ਅਧਿਕਾਰ ਪ੍ਰਸਤਾਵ। ਪਨੀਰ ਸੇਲਵਮ ਦੀ ਸ਼ਸ਼ੀਕਲਾ ਨੂੰ ਚੁਣੌਤੀ, ਕਿਹਾ ਸਦਨ ਵਿੱਚ ਬਹੁਮਤ ਸਾਬਤ ਕਰਾਂਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਤਹਿਸੀਲ ਨੰਗਲ ਅਧੀਨ ਆਉਂਦੇ ਪਿੰਡ ਅਜੌਲੀ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਉੱਤੇ ਬਣਿਆ ਲੱਕੜ ਦਾ ਪੁਲ ਟੁੱਟ ਜਾਣ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਪੇਸ਼ ਆਇਆ ਜਦੋਂ ਵਿਆਹ ਸਮਾਗਮ ਵਿੱਚ ਸ਼ਾਮਿਲ ਲੋਕ ਵਿਆਹ ਵਾਲੇ ਜੋੜੇ ਦੇ ਨਾਲ ਪੁਲ ਤੋਂ ਲੰਘ ਰਹੇ ਸਨ। ਹਾਦਸੇ ਸਮੇਂ ਦਰਿਆ ਵਿੱਚ ਪਾਣੀ ਘੱਟ ਹੋਣ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ, ਜਦਕਿ ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਏ। ਹਾਦਸੇ ਸਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ਤੋਂ ਅਣਜਾਣ ਹੋਣ ਦੀ ਗੱਲ ਕਹੀ। ਦੱਸ ਦਈਏ ਕਿ ਇਲਾਕੇ ਵਿੱਚ ਬਣਿਆ ਇਹ ਇੱਕੋ ਇੱਕ ਅਜਿਹਾ ਲੱਕੜ ਦਾ ਪੁਲ ਨਹੀਂ ਏ, ਬਲਕਿ ਅਜਿਹੇ ਕਈ ਲੱਕੜ ਦੇ ਪੁਲ ਨੇ ਜਿਨ੍ਹਾਂ ਤੋਂ ਹਜ਼ਾਰਾਂ ਲੋਕ ਰੋਜ਼ਾਨਾ ਗੁਜ਼ਰਦੇ ਨੇ, ਜੋ ਬਰਸਾਤ ਦੇ ਮੌਸਮ ਵਿੱਚ ਦਰਿਆ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਨੁਕਸਾਨੇ ਜਾਂਦੇ ਨੇ। ਘੱਟੋ ਘੱਟ ਵੀ 30-35 ਬੰਦੇ ਤੇ, ਕਈ ਘੱਟੋ ਘੱਟ 10-12 ਮੋਟਰਸਾਈਕਲ ਦੇ ਉੱਪਰ ਉੱਪਰੋਂ ਆ ਪਏ ਸਿੱਧੇ, ਨਾ ਕੋਈ ਰਿਪੇਅਰ ਹੈ ਨਾ ਕੋਈ ਕੁਛ ਵੀ ਹੈ ਉਹਦਾ। ਕੱਟਾ ਜੀ ਕਾਫੀ ਬੰਦੇ ਲੱਗੀ ਗਾ, ਜ਼ਿਆਦਾ ਸੀਰੀਅਸ ਵੀ ਆ ਗਈ। ਹਾਂਜੀ, ਹੋਸਪਿਟਲ ਲੈ ਕੇ ਗਏ, ਲੈ ਕੇ ਗਏ, ਨਾ ਇਹ ਪੁੱਲ ਦੀ ਕੋਈ ਰਿਪੇਅਰ ਨੀ ਹੈ, ਨਾ ਫੱਟੇ ਆ, ਮਤਲਬ ਘੱਟੋ ਘੱਟ 15 ਸਾਲ ਤੋਂ ਉੱਪਰ ਹੋ ਗਿਆ ਪੁੱਲ ਨੂੰ ਬਣੇ ਨੂੰ। ਕਿਆ ਪੁੱਜਣਾ, ਵਿਆਹ ਹੋਗਾ ਭਰਾ ਦਾ ਛੋਟੇ ਦਾ? ਹਾਂਜੀ, ਠੀਕ ਹੈ, ਛੋਟੇ ਭਾਈ ਦਾ ਵਿਆਹ ਹੈ, ਮੱਥਾ ਟੇਕਣ ਵਾਸਤੇ। ਹਾਂਜੀ, ਠੀਕ ਹੈ, ਲੇਕਿਨ ਉਹਦਾ ਵੀ ਆ ਗਈ ਮਾੜੀ ਮੋਟੀ ਸੱਟ ਲੱਗੀ ਜੀ। ਐਕਚੁਲੀ ਮੈਨੂੰ ਹੁਣ ਤੁਹਾਡੇ ਕੋਲੋਂ ਹੀ ਪਤਾ ਲੱਗਿਆ ਹੈਗਾ ਕਿ ਵੀ ਉੱਥੇ ਕੋਈ ਪੁੱਲ ਟੁੱਟ ਗਿਆ ਹੈਗਾ ਜੋ ਕਿ ਲੱਕੜ ਦਾ ਬਣਿਆ ਹੋਇਆ ਸੀਗਾ, ਤੇ ਕੁਛ ਬੰਦੇ ਉਸ 'ਚ ਥੋੜਾ ਬਹੁਤ ਪਤਾ ਲੱਗਿਆ ਜ਼ਖਮੀ ਵੀ ਹੋਏ ਨੇ, ਤੇ ਮੈਂ ਹੁਣ ਜਾ ਕੇ ਮੈਂ ਸਿਚੁਏਸ਼ਨ ਦੇਖ ਕੇ ਫਿਰ ਮੈਂ ਤੁਹਾਨੂੰ ਦੱਸ ਦਿੰਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਨੀ ਦਿਨੀ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਏ। ਕਾਰਨ ਏ 4,000 ਮੁਲਾਜ਼ਮਾਂ ਨੂੰ ਤਨਖਾਹ ਨਾ ਦਿੱਤਾ ਜਾਣਾ। ਅੱਜ ਮੁਲਾਜ਼ਮਾਂ ਵੱਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਤੇ VC ਦਫ਼ਤਰ ਦੇ ਬਾਹਰ ਤਨਖਾਹ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਦੱਸਣਯੋਗ ਏ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ 13 ਕਰੋੜ ਰੁਪਏ ਦੀ ਗ੍ਰਾਂਟ ਤੇ ਰੋਕ ਲਗਾ ਦਿੱਤੀ ਗਈ ਏ, ਜਿਸ ਕਾਰਨ ਪੰਜਾਬੀ ਯੂਨੀਵਰਸਿਟੀ ਭਾਰੀ ਆਰਥਿਕ ਸੰਕਟ ਵਿੱਚ ਘਿਰ ਗਈ ਏ। ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਭੇਜ ਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੁਨਰ ਨਿਯੁਕਤ ਕੀਤੇ 70 ਅਧਿਆਪਕਾਂ ਨੂੰ ਤੁਰੰਤ ਹਟਾਉਣ, ਉਨ੍ਹਾਂ ਦੀ ਥਾਂ ਬੇਸਿਕ ਤਨਖਾਹ ਤੇ ਅਧਿਆਪਕ ਤੇ ਗੈਰ ਅਧਿਆਪਨ ਦੇ ਕਰਮਚਾਰੀ ਰੱਖਣ ਤੇ ਸੈਮੀਨਾਰਾਂ ਕਾਨਫਰੰਸਾਂ ਵਿੱਚ ਕੀਤੇ ਜਾਂਦੇ ਵਾਧੂ ਖਰਚੇ ਘੱਟ ਕਰਨ ਲਈ ਕਿਹਾ ਗਿਆ ਏ। ਪਰ ਪੰਜਾਬੀ ਯੂਨੀਵਰਸਿਟੀ ਵੱਲੋਂ ਉਸ ਪੱਤਰ ਤੇ ਕਥਿਤ ਕੋਈ ਗੌਰ ਨਹੀਂ ਕੀਤੀ ਗਈ। ਯੂਨੀਵਰਸਿਟੀ ਦਾ ਤਰਕ ਏ ਕਿ ਪੁਨਰ ਨਿਯੁਕਤ ਕੀਤੇ ਅਧਿਆਪਕਾਂ ਨੂੰ ਹਟਾਉਣ ਲਈ ਸਿੰਡੀਕੇਟ ਵੱਲੋਂ ਹੀ ਫੈਸਲਾ ਲਿਆ ਜਾਂਦਾ ਏ। ਯੂਨੀਵਰਸਿਟੀ ਚੋਂ ਸਾਰੇ ਵਿਭਾਗਾਂ ਦੇ ਕਰਮਚਾਰੀ ਹੈ, ਇਹਨਾਂ ਦੇ ਟੀਚਰ ਵੀ ਹੈ, ਨੋਨ ਟੀਚਰ ਵੀ ਹੈ। ਜਿਹੜਾ ਮੇਨ ਮੁੱਦਾ ਉਹ ਸਾਡਾ ਤਨਖਾਹ ਦਾ ਮੁੱਦਾ ਹੈ। ਇਸ ਮਹੀਨੇ ਦੀ ਤਨਖਾਹ ਹੈ ਜਿਹੜੀ, ਉਹ ਅੱਜ 8 ਤਰੀਕ ਹੋ ਗਈ, ਉਹ ਸਾਡੇ ਖਾਤਿਆਂ 'ਚ ਨਹੀਂ ਪਈ। ਤਨਖਾਹ ਨਾ ਮਿਲਣ ਕਰਕੇ ਕਰਮਚਾਰੀਆਂ 'ਚ ਰੋਸ ਹੈ, ਉਹਦੇ ਕਰਕੇ ਉਹਨਾਂ ਨੇ ਅੱਜ ਰੋਸ ਦਾ ਪ੍ਰਗਟਾਵਾ ਕੀਤਾ। ਨਹੀਂ, ਇਹ ਮੁੱਦਾ ਜਿਹੜਾ ਤਨਖਾਹ ਦਾ, ਇਹ ਗ੍ਰਾਂਟ ਨਾਲ ਜੁੜਿਆ ਹੋਇਆ, ਉਹ ਕਿ ਯੂਨੀਵਰਸਿਟੀ ਕੋਲ ਆਪਣੀ ਇਨਕਮ ਕੋਈ ਨਹੀਂ ਸਿਵਾਏ ਪ੍ਰੀਖਿਆ ਫੀਸਾਂ ਤੋਂ, ਅਤੇ ਇਹ ਪੰਜਾਬ ਸਰਕਾਰ ਤੋਂ ਗ੍ਰਾਂਟ ਮਿਲਣੀ ਸੀ ਪਿਛਲੇ ਮਹੀਨੇ ਸਾਨੂੰ, ਜਿਹੜੀ ਹੈ ਅਤੇ ਇਸ ਸਾਲ 25 ਕਰੋੜ ਰੁਪਏ ਗ੍ਰਾਂਟ ਮਿਲਣੀ ਸੀ, ਜਿਸ 'ਚੋਂ 13 ਕਰੋੜ ਰੁਪਏ ਗ੍ਰਾਂਟ ਮਿਲ ਗਈ। ਅਤੇ ਪਰ ਫਾਈਨਾਂਸ ਡਿਪਾਰਟਮੈਂਟ ਨੇ ਸ਼ਰਤ ਲਾਈ ਸੀ ਵੀ ਯੂਨੀਵਰਸਿਟੀ ਆਪਣੇ ਖਰਚੇ ਘੱਟ ਕਰੇ, ਅਤੇ ਜਿਹੜੇ ਰੀਪੁਆਇੰਟ ਕੀਤੇ ਹੋਏ ਬੰਦੇ ਰਿਟਾਇਰਮੈਂਟ ਤੋਂ ਬਾਅਦ ਟੀਚਰ ਜਾਂ ਨੋਨ ਟੀਚਿੰਗ, ਉਹਨਾਂ ਨੂੰ ਰਿਲੀਵ ਕਰੇ। ਉਹ ਅਥਾਰਟੀ ਉਹਨਾਂ ਨੂੰ ਰਿਲੀਵ ਨਹੀਂ ਕਰ ਰਹੀ, ਜਿਸ ਕਰਕੇ ਸਾਡੀ ਗ੍ਰਾਂਟ ਰੁਕੀ ਵੀ ਹੈ, ਜਿਸ ਕਰਕੇ ਤਨਖਾਹ ਜਿਹੜੀ ਆ ਉਹ ਕਰਮਚਾਰੀਆਂ ਨੂੰ ਨਹੀਂ ਮਿਲ ਰਹੀ। ਸੰਘਰਸ਼ ਕੀਤਾ ਜਾਏਗਾ, ਤਨਖਾਹ ਲੈਣਾ ਸਾਡਾ ਬੁਨਿਆਦੀ ਹੱਕ ਹੈ, ਇਹ 'ਤੇ ਸੰਘਰਸ਼ ਕਰਾਂਗੇ ਅਸੀਂ। ਹੁਸ਼ਿਆਰਪੁਰ ਵਿੱਚ ਸਿਗਰਟ ਦੇ ਪੈਸੇ ਮੰਗਣ ਨੂੰ ਲੈ ਕੇ ਬਦਮਾਸ਼ਾਂ ਵੱਲੋਂ ਇੱਕ ਦੁਕਾਨਦਾਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਏ। ਬਦਮਾਸ਼ਾਂ ਨੇ ਮ੍ਰਿਤਕ ਦੇ ਭਰਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ 15 ਦਿਨ ਪਹਿਲਾਂ ਦੋਸ਼ੀ ਪਰਮਵੀਰ ਪੰਮਾ ਆਪਣੇ ਸਾਥੀਆਂ ਸਮੇਤ ਦੁਕਾਨਦਾਰ ਵਿਨੋਦ ਰਾਣਾ ਕੋਲੋਂ ਸਿਗਰਟ ਲੈ ਕੇ ਗਿਆ ਸੀ। ਵਿਨੋਦ ਰਾਣਾ ਵੱਲੋਂ ਸਿਗਰਟ ਦੇ ਪੈਸੇ ਮੰਗੇ ਜਾਣ 'ਤੇ ਦੋਸ਼ੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਮਾਮਲਾ ਥਾਣੇ ਪਹੁੰਚਣ 'ਤੇ ਪੁਲਿਸ ਨੇ ਦੋਵਾਂ ਧਿਰਾਂ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਸੀ। ਗੱਲ ਇੱਥੇ ਹੀ ਖਤਮ ਨਹੀਂ ਹੋਈ। ਬੀਤੀ ਰਾਤ ਪਰਮਵੀਰ ਪੰਮਾ ਆਪਣੇ ਸਾਥੀਆਂ ਨਾਲ ਦੁਬਾਰਾ ਵਾਪਸ ਆਇਆ ਅਤੇ ਦੁਕਾਨਦਾਰ ਵਿਨੋਦ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਭਰਾ ਦੇ ਬਚਾਅ ਲਈ ਆਏ ਹਰਵਿੰਦਰ ਰਾਣਾ ਦੇ ਵੀ ਹੱਥ ਪੈਰ
ਵਾਇਰ ਤੋੜ ਦਿੱਤੇ ਤੇ ਜ਼ਖਮੀ ਕਰ ਦਿੱਤਾ। ਉਧਰ ਵਿਨੋਦ ਰਾਣਾ ਦੀ DMC ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਫਰਾਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਏ। 15 ਕੁ ਦਿਨ ਪਹਿਲਾਂ ਮੰਗਲਵਾਰ ਸੀ, ਉਦੋਂ ਇਹ ਭਾਜੀ ਕੋਲੋਂ ਸਮਾਨ ਮੰਗਣ ਆਏ ਸੀ ਤੇ ਉਹ ਧਾਰਾ ਮੰਗਦੇ ਸੀਗੇ ਸਮਾਨ, ਤੇ ਇਹਨਾਂ ਨੇ ਫਿਰ ਭਾਜੀ ਨੇ ਕਿਹਾ ਕਿ ਪੈਸਿਆਂ ਨਾਲ ਆਉਂਦਾ। ਇਹਨਾਂ ਨੇ ਫਿਰ ਭਾਜੀ ਇਹਨਾਂ ਇਹ ਥੱਪੜ ਥੁੱਪੜ ਮਾਰਤੇ ਅਤੇ ਬੋਤਲਾਂ ਬਾਤਲਾਂ ਮਾਰਤੀਆਂ ਸਿਰ 'ਚ। ਉਹ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਵਿੱਚ ਛਡਾਉਣ ਗਿਆ, ਇਹਨਾਂ ਨੂੰ ਧੱਕਾ ਧੁੱਕਾ ਦੇ ਕੇ ਸਾਈਡ 'ਚ ਕੀਤਾ। ਫਿਰ ਪੁਲਿਸ ਵਾਲੇ ਆਏ, ਫਿਰ ਉੱਥੇ ਉਹਨਾਂ ਆਪਣੇ ਕੀ ਕਹਿੰਦੇ ਰਾਜੀਨਾਮਾ ਕੀਤਾ ਇਹਨਾਂ ਨਾਲ, ਠੀਕ ਹੈ ਜੀ। ਅਤੇ ਹੁਣ ਇਹ ਕੱਲ੍ਹ ਆਏ ਜੀ, 6-7 ਜਣੇ ਸੀਗੇ ਰਾਤੀਂ, ਅਸੀਂ ਆਪਣਾ ਕੰਮ ਕਰਦੇ ਸੀ, ਇਹਨਾਂ ਨੇ ਆ ਕੇ ਸਾਡੇ 'ਤੇ ਹਮਲਾ ਕਰਤਾ ਜੀ। ਉਹਨਾਂ ਕੋਲ ਜੀ ਖੰਡੇ ਕਿਰਪਾਨਾਂ ਸੀਗੀਆਂ, ਇਹਨਾਂ ਨੇ ਆਉਂਦੇ ਮਾਰਨ ਲੱਗ ਪਏ ਜੀ। ਦੁਕਾਨ ਹੈ ਜੀ, ਜੋ ਦੋ ਭਾਈ ਕਰਤੇ ਹੈ, ਦਿਨੇਸ਼ ਰਾਣਾ ਔਰ ਹਰਵਿੰਦਰ ਰਾਣਾ, ਇਨਕੇ ਪਿੱਛੇ ਕਰਿਆਨੇ ਕੀ ਦੁਕਾਨ ਹੈ ਔਰ ਸਾਹਮਣੇ ਅੰਡੋ ਵਗੈਰਾ ਕੀ ਰੇੜੀ ਲਗਾਤੇ ਹੈ। ਕੁਛ ਦਿਨ ਪਹਿਲੇ ਇਨਕਾ ਇੱਕ ਪਰਮਜੀਤ ਪੰਮਾ ਜੋ ਸਲਵਾੜੇ ਕੇ ਰਹਿਣੇ ਵਾਲਾ, ਉਸਕੇ ਸਾਥ ਝਗੜਾ ਹੁਆ ਥਾ, ਉਹ ਸਿਗਰਟ ਵਗੈਰਾ ਜਾਂ ਕੁਛ ਖਾ ਰਹੇ ਵਗੈਰਾ ਮੰਗ ਰਹੇ ਥੇ, ਉਸਕੇ ਪਿੱਛੇ ਝਗੜਾ ਹੁਆ ਥਾ, ਥਾਣੇ ਮੇਂ ਕੰਪਲੇਂਟ ਵੀ ਆਈ ਥੀ, ਲੇਕਿਨ ਇਹਨੇ ਆਪਣਾ ਰਾਜੀਨਾਮਾ ਕਰ ਲਿਆ ਥਾ। ਉਸਕੇ ਬਾਅਦ ਕੱਲ੍ਹ ਦੁਬਾਰਾ ਫਿਰ ਇਹ ਦੁਬਾਰਾ ਕੁਛ ਬੰਦੇ ਲੈ ਕੇ ਆਇਆ ਔਰ ਵਹਾਂ ਪੇ ਮਾਰਪੀਟ ਕਰੀ ਕਿਰਪਾਨੋ ਔਰ ਡਾਂਟ ਵਗੈਰਾ ਸੇ ਮਾਰਪੀਟ ਕਰੀ, ਜਿਸਕੇ ਉਹਨੇ ਸਰ ਮੇਂ ਚੋਟ ਆਈ। ਦੋਨੋਂ ਭਾਈਓ ਕੋ ਹਾਸਪਿਟਲ ਪਹੁੰਚਾਇਆ ਗਿਆ, ਇੱਕ ਭਾਈ ਕੋ ਸਿਵਲ ਹਾਸਪਿਟਲ ਹੁਸ਼ਿਆਰਪੁਰ ਨੇ DMC ਲੁਧਿਆਣਾ ਰੈਫਰ ਕਰ ਦਿਆ, ਜਹਾਂ ਉਸਕੀ ਅੱਜ ਮਾਰਨਿੰਗ ਮੇਂ ਡੈਥ ਹੋ ਗਈ। ਹਮ ਕੇਸ ਰਜਿਸਟਰ ਕਰ ਦਿਆ ਅੰਡਰ ਸੈਕਸ਼ਨ 302(4)(52), ਉਸਕੇ ਬਾਅਦ ਅਭੀ ਅਰੈਸਟ ਕਰਨੇ ਕੀ ਕੋਸ਼ਿਸ਼ ਕਰ ਰਹੇ, ਰੇਡਸ ਕਰ ਰਹੇ, ਟੀਮ ਬਣਾ ਕਰ ਨਿਕਾਲੀ ਹੈ, ਜਲਦੀ ਆਰੋਪੀਓ ਕੋ ਅਰੈਸਟ ਕੀਆ ਜਾਏਗਾ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਸਪੀਕਰ ਨੂੰ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਿੱਤਾ ਏ। ਲੋਕ ਸਭਾ ਸਪੀਕਰ ਨੂੰ ਭੇਜੇ ਨੋਟਿਸ ਵਿੱਚ ਪ੍ਰਧਾਨ ਮੰਤਰੀ ਤੇ ਸੰਸਦ ਦੀ ਮਰਿਆਦਾ ਭੰਗ ਕਰਨ ਦਾ ਇਲਜ਼ਾਮ ਲਾਇਆ ਗਿਆ ਏ। ਦਰਅਸਲ ਮੋਦੀ ਨੇ ਕੱਲ੍ਹ ਸੰਸਦ ਵਿੱਚ ਬੋਲਦਿਆਂ ਵਿਰੋਧੀ ਧਿਰ ਦੇ ਨੇਤਾਵਾਂ ਸਮੇਤ ਭਗਵੰਤ ਮਾਨ ਤੇ ਵੀ ਵਿਅੰਗ ਕੀਤੇ ਸਨ। ਪਨੀਰ ਸੈਲਵਮ ਦੀ ਬਗਾਵਤ ਤੋਂ ਬਾਅਦ ਤਮਿਲਨਾਡੂ ਵਿੱਚ ਸੱਤਾਧਾਰੀ AIDMK ਪਾਰਟੀ ਵਿੱਚ ਜਿਵੇਂ ਭੁਚਾਲ ਆ ਗਿਆ ਏ। ਮੰਗਲਵਾਰ ਨੂੰ ਸ਼ੁਰੂ ਹੋਏ ਇਸ ਸਿਆਸੀ ਡਰਾਮੇ ਤੋਂ ਬਾਅਦ ਬਿਆਨਬਾਜ਼ੀ ਤੇ ਹਲਚਲ ਲਗਾਤਾਰ ਜਾਰੀ ਏ। ਇਸ ਸਭ ਦਰਮਿਆਨ ਸ਼ਸ਼ੀਕਲਾ ਨੂੰ ਇੱਕ ਹੋਰ ਝਟਕਾ ਚੋਣ ਕਮਿਸ਼ਨ ਤੋਂ ਮਿਲਿਆ ਏ। ਕਮਿਸ਼ਨ ਨੇ ਸ਼ਸ਼ੀਕਲਾ ਨੂੰ ਪਾਰਟੀ ਦਾ ਮੁੱਖ ਸਕੱਤਰ ਬਣਾਏ ਜਾਣ ਨੂੰ ਲੈ ਕੇ ਸਵਾਲ ਖੜੇ ਕਰਦਿਆਂ ਕਿਹਾ ਏ ਕਿ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ। ਕਮਿਸ਼ਨ ਨੇ ਇਸ ਸਬੰਧੀ ਪਾਰਟੀ ਨੂੰ ਨੋਟਿਸ ਜਾਰੀ ਕਰਦੇ ਹੋਏ ਮੁੱਖ ਸਕੱਤਰ ਦੀ ਪ੍ਰਕਿਰਿਆ ਨਾਲ ਸਬੰਧਿਤ ਪ੍ਰਸਤਾਵ ਤੇ ਹੋਰ ਵੇਰਵੇ ਮੰਗੇ ਨੇ। ਸ਼ਸ਼ੀਕਲਾ ਨੂੰ ਸਦਨ ਵਿੱਚ ਸਪਸ਼ਟ ਬਹੁਮਤ ਹਾਸਲ ਕਰਨ ਦੀ ਚੁਣੌਤੀ ਦਿੰਦੇ ਹੋਏ ਪਨੀਰ ਸੈਲਵਮ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਪਾਰਟੀ ਦੀ ਮੁੱਖ ਸਕੱਤਰ ਸ਼ਸ਼ੀਕਲਾ ਦੇ ਕਰੀਬੀਆਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਮਜਬੂਰ ਕੀਤਾ ਸੀ। ਉੱਥੇ ਹੀ ਭਾਜਪਾ ਨੇ ਸਾਫ਼ ਕਰ ਦਿੱਤਾ ਏ ਕਿ ਇਹ ਸੂਬੇ ਦਾ ਅੰਦਰੂਨੀ ਮਾਮਲਾ ਏ ਤੇ ਪਾਰਟੀ ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਦੱਸ ਦਈਏ ਕਿ ਪਾਰਟੀ ਵਿੱਚ AIDMK, ਕਾਂਗਰਸ, DMK, ਹੋਰਨਾਂ ਸਮੇਤ ਕੁੱਲ 234 ਸੀਟਾਂ ਦਾ ਗਠਬੰਧਨ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਗਾਜ਼ੀਆਬਾਦ ਵਿੱਚ 11 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਏ ਤੇ ਕੱਲ੍ਹ ਪ੍ਰਚਾਰ ਰੈਲੀ ਦਾ ਆਖਰੀ ਦਿਨ ਹੋਵੇਗਾ। ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਰੁਕ ਚੁੱਕੀ ਵਿਕਾਸ ਦੀ ਧਾਰਾ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਹੋ ਰਹੀਆਂ ਨੇ। ਅਖਿਲੇਸ਼ ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਖਿਲੇਸ਼ ਮੁੱਖ ਮੰਤਰੀ ਬਣੇ ਤਾਂ ਉਹਨਾਂ ਸੋਚਿਆ ਸੀ ਕਿ ਨੌਜਵਾਨ ਤੇ ਪੜ੍ਹਿਆ ਲਿਖਿਆ ਵਿਅਕਤੀ ਸੱਤਾ ਵਿੱਚ ਆਇਆ ਏ ਤੇ ਕੁਝ ਕੰਮ ਕਰੇਗਾ, ਪਰ 5 ਸਾਲਾਂ ਵਿੱਚ ਉੱਤਰ ਪ੍ਰਦੇਸ਼ ਤਬਾਹ ਹੋ ਗਿਆ। ਉਹਨਾਂ ਜਨਤਾ ਨੂੰ ਪਿਛਲੇ 5 ਸਾਲਾਂ ਦਾ ਹਿਸਾਬ ਦੇਣ ਲਈ ਕਿਹਾ। ਉਹਨਾਂ ਕਿਹਾ ਕਿ ਸਪਾਹ ਦੇ ਰਾਜ ਵਿੱਚ ਯੋਗਤਾ ਦੇ ਆਧਾਰ ਤੇ ਨੌਕਰੀ ਨਹੀਂ ਦਿੱਤੀ ਜਾਂਦੀ, ਭਰਤੀਆਂ ਵਿੱਚ ਘੁਟਾਲੇ ਹੁੰਦੇ ਨੇ ਤੇ ਭਾਜਪਾ ਦੇ ਸੱਤਾ ਵਿੱਚ ਆਉਣ ਤੇ ਇਹਨਾਂ ਘੁਟਾਲਿਆਂ ਦੀ ਜਾਂਚ ਕੀਤੀ ਜਾਵੇਗੀ। ਪਿਛਲੇ 5 ਵਰਸ਼ ਮੈਂ ਉੱਤਰ ਪ੍ਰਦੇਸ਼ ਕੀ ਜਨਤਾ ਨੇ ਜਿਸ ਆਸ਼ਾ ਅਰਮਾਨ ਕੇ ਸਾਥ ਆਪਕੋ ਲਖਨਊ ਮੇਂ ਗਾਦੀ ਪਰ ਬਿਠਾਇਆ ਥਾ, ਆਪ ਲੋਗੋਂ ਕੇ ਬੀਚ ਜਾ ਕਰਕੇ ਉਸਕਾ ਹਿਸਾਬ ਦੀਜੀਏ। ਉੱਤਰ ਪ੍ਰਦੇਸ਼ ਕੀ ਜਨਤਾ ਕੋ ਜਰਾ ਉੱਤਰ ਦੀਜੀਏ। ਲੇਕਿਨ ਯੇ ਨਹੀਂ ਕਰ ਰਹੇ, ਇਹ ਜਿਤਨੇ ਵੀ ਲੋਕ ਯਹਾਂ ਸੇ ਹੋ ਯਾ ਬਾਹਰ ਸੇ ਆਏ ਹੋ, ਮੋਦੀ ਨੇ ਕਿਆ ਕੀਆ, ਮੋਦੀ ਨੇ ਕਿਆ ਕੀਆ, ਦਿੱਲੀ ਸਰਕਾਰ ਕਿਆ ਕਰ ਰਹੀ ਹੈ, ਮੋਦੀ ਨੇ ਐਸਾ ਕੀਆ, ਮੋਦੀ ਨੇ ਵੈਸਾ ਕੀਆ। ਅਰੇ ਜਬ 2019 ਕਾ ਚੁਣਾਵ ਆਏਗਾ,
ये मोदी सामने से आकर के हिसाब देगा, सामने से आकर कानून व्यवस्था में सुधार के लिए न उनको चिंता है न उनको जिम्मेवारी लगती है। कारण इसलिए है कि ये सारी बदमाशी बेईमानी करने में उन्होंने अपने पार्टी के नेताओं को इलाके देकर के रखे हैं। उस इलाके का तुम राजा जो करना है करते रहो, थाने वाला मैंने बोल दिया तुम्हें कुछ करेगा नहीं, इसी का ये नतीजा है। लगभग दो महीने पहला मौड़ मंडी विखे व्यास मागम विच गोली चलन नाल डांसर कुलविंदर कौर दी हुई मौत दे मामले विच नवा मोड़ आ गया है। अज कुलविंदर कौर दे पति रजिंदर सिंह दी शक्की हालातों विच मौत हो गई, पुलिस मामले दी गंभीरता नाल जांच कर रही है। जी रजिंदर सिंह सीगा ऑर्केस्ट्रा दा काम करदा सीगा, ते सानू सुबह अज फोन कॉल मिली कि जिहड़ा इहदी शक्की हालत विच मौत हुई है। इहदी मौके पर पहुँच के असी डेड बॉडी ने कब्जे च लैके पोस्टमार्टम करवाता है। ये माँ बाप वालों मृतक के इल्जाम लाए जा रहे कि ये जिहड़ा इहदी डैथ जिहड़ी है वह किसी जहरीली चीज़ देण कारण हुई है जां किसी तरीके हुई है, जिस लई असी इहदा पोस्टमार्टम करवा लिया। तो पोस्टमार्टम की रिपोर्ट आने तो बाद जो भी वाजिब कार्रवाई होगी की जाएगी। विजिलेंस विभाग वालों नगर कौंसल गिद्दड़बाहा दे एक एसडीओ दे जेई ते एक क्लर्क नूं 50,000 रुपए रिश्वत लैंदिया रंगे हत्थी काबू किया गया है। विजिलेंस विभाग बठिंडा दे एसपी भुपिंदर सिंह ने जानकारी देंदे हुए दस्या कि ठेकेदार रंजीत सिंह ने शिकायत दित्ती सी कि एसडीओ प्रहलाद कुमार, जेई गौरव कुमार ते नवदीप कुमार अते क्लर्क करण कुमार ने काम कराउण संबंधी 50,000 रुपए रिश्वत मंगी सी, जिस दे आधार ते कार्रवाई करदिया उक्त दोषियों नूं रंगे हत्थी काबू किया गया। पुलिस ने दोषियों से मामला दर्ज करके कार्रवाई शुरू कर दी है। रंजीत सिंह एक ठेकेदार है, बठिंडा का रहने वाला है। उसने गिदड़वा में दो गलियों में दो ठेके लिए हुए हैं पेवर्स डालने, गलियों में पेवर्स डालने के लिए। तो जो नगर काउंसिल है गिदड़वा, वहाँ के एक एसडीओ है मिस्टर प्रहलाद, दो जेई है मिस्टर गौरवधीर, जो आजकल वो गौरवधीर आजकल जैतो में पोस्टेड है, और एक हैगा अपना करण कुमार, ये क्लर्क है, और एक नवदीप जी है। ये सभी मिलकर उससे पहले तो 8% कमीशन लेते थे बिल पास करने के लिए, उसका उसको चेक देने के लिए, लेकिन अभी उन्होंने 15% कमीशन की डिमांड रख दी। तो ये कमीशन बहुत ज़्यादा होने के कारण वो आदमी अफोर्ड नहीं कर सकता था, तो उसने हमारे पास शिकायत की। तो कल उसको बुलाया उन्होंने और 10,000 रुपया कल रख लिया, वो उसके नंबर में नोट है, वो आज रिकवर हो गया और आज 50,000 रुपया उन्होंने लिया, जो हमने रेड करके रंगे हाथों पकड़ लिया, उनको चारों को अरेस्ट कर लिया है और उनके खिलाफ केस रजिस्टर हो गया FIR नंबर 1 का फ्लाइंग स्क्वाड थाना मोहाली में। तो अभी कल उनको पेश किया जाएगा मानजोग अदालत में, और बाद में जैसी तफ्तीश में जो हालात होंगे जो तथ्य सामने आएंगे, जैसे भी तथ्य होंगे वैसी कार्रवाई हो जाएगी। भारत सरकार वालों GST बिल पास कर दिता गया है, ते नाल ही सूबा सरकारां ने भी इस बारे लोकां नूं जानकारी देण लई मुहिम शुरू कर दिती है। इसे तहत मलेरकोटला विखे आबकारी ते कर विभाग वालों एक कैंप लगा के व्यापारियों नूं जागरूक किया गया। इस कैंप विच GST बारे व्यापारियों नूं जानकारी दिती गई ते उन्हां दीआं समस्यावां सुण के हल किया गया। इस कैंप विच ETO समेत आबकारी ते कर विभाग दा होर स्टाफ भी मौजूद रहा। इस समय ETO मनमीत कौर ने जानकारी देंदे हुए दस्या कि GST नाल व्यापारी वर्ग नूं बहुत फायदा होवेगा। कैंप विच जानकारी लैण पहुंचे व्यापारियों ने सरकार दे इस कदम दी शलाघा कीती। फायदा तो सब तो बड़ा भी ये है कि सारा कुछ आप दस रहे हैं, अगर GST लागू होना जिदा भी जो कुछ भी लागू होना सब दस रहे हैं, वो बारे जो नंबर आए हैं वो दे रहे हैं सानू, बुला के आप सर इनफॉर्म किया सानू, तो बढ़िया तरीके डील किया सानू इन्होंने, तो कल मैसेज लगाया सी अज आके सानू नंबर देते इन्होंने। एक्चुअली अज सीनियर्स जिहड़े साडे ऑफिसर्स ने असी ATC साहब ते एडिशनल साहब दे कहे ते अज GST दा कैंप लगाया हैगा। इहदे विच क्योंकि अज GST नवां हैगा तो कई व्यापारी वर्ग नूं कईआं दी कुछ नॉलेज नहीं है या उन्हां नूं कुछ ट्रबल्स आ रही ने, तो असी उसनूं सॉल्व करन लई इह कैंप लगाया। वो लोग आते हैं अपनी प्रॉब्लम्स दसते हैं, जिन्हां दे पासवर्ड नहीं चल रहे वो असी लिस्ट लै रहे हैं,
ਔਰ ਇੱਕ ਦੋ ਦਿਨਾਂ ਤੱਕ ਅਸੀਂ ਅੱਗੇ ਫੋਰਵਰਡ ਕਰ ਦਾਂਗੇ ਤਾਂ ਕਿ ਉਹਨਾਂ ਨੂੰ ਨਵਾਂ ਪਾਸਪੋਰਟ ਮਿਲ ਜਾਏ ਔਰ ਇਹਨੂੰ ਕੋਈ ਪ੍ਰੋਬਲਮ ਨਾ ਆਏ ਅਤੇ ਉਹਦੇ ਵਿੱਚ ਉਹਨਾਂ ਨੂੰ ਕਾਫੀ ਬੈਨੀਫਿਟ ਹੋਣ ਵਾਲੇ ਹੈ ਤਾਂ ਕਿਉਂਕਿ ਨਵਾਂ ਹੈਗਾ ਔਰ ਅਸੀਂ ਸਾਰਾ ਕੁਛ ਉਹਨਾਂ ਨੂੰ ਇਹਦੇ ਨਾਲ ਜਾਗਰੂਕ ਕਰਾ ਕੇ ਤਾਂ ਅਸੀਂ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰੀਏ ਸਾਡਾ ਮਕਸਦ ਤਾਂ ਇਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਸ਼ੀਨਾਂ ਦੀ ਖਰਾਬੀ ਕਾਰਨ ਚੋਣ ਕਮਿਸ਼ਨ ਵੱਲੋਂ 48 ਪੋਲਿੰਗ ਬੂਥਾਂ ਤੇ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਏ। ਇਹਨਾਂ 48 ਬੂਥਾਂ ਤੇ ਕੱਲ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਪੈਣ ਦਾ ਕੰਮ ਨਿਰਵਿਘਨ ਪੂਰਾ ਕਰਨ ਤਹਿਤ ਚੋਣ ਕਮਿਸ਼ਨ ਵੱਲੋਂ ਉਕਤ ਇਲਾਕਿਆਂ ਵਿੱਚ 9 ਫਰਵਰੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਏ। ਇਸ ਦਿਨ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਵਿਦਿਅਕ ਤੇ ਵਪਾਰਕ ਅਦਾਰੇ ਬੰਦ ਰਹਿਣਗੇ। ਇਹਨਾਂ ਇਲਾਕਿਆਂ ਦੇ ਨਿੱਜੀ ਵਪਾਰਕ ਅਦਾਰਿਆਂ ਤੇ ਸਨਅਤਾਂ ਲਈ ਤਨਖਾਹ ਸਮੇਤ ਭਾਵੇਂ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਏ। ਸਕੂਲੀ ਵਿਦਿਆਰਥੀਆਂ ਨੂੰ ਕਾਨੂੰਨੀ ਸਾਖਰਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਚੇਅਰਮੈਨ ਤੇ ਜ਼ਿਲ੍ਹਾ ਜੱਜ ਸ੍ਰੀ ਲਛਮਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਕੁਬਾਇਆ ਵਿੱਚ ਕਾਨੂੰਨੀ ਸਾਖਰਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਭਾਰਤ ਛਾਬੜਾ ਨੇ ਵਿਦਿਆਰਥੀਆਂ ਨੂੰ ਮੁਆਵਜ਼ਾ, ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤ, ਰੈਗਿੰਗ ਵਿਰੋਧੀ ਕਾਨੂੰਨ ਤੇ ਤੇਜ਼ਾਬੀ ਹਮਲੇ ਦੇ ਪੀੜਤਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੇ ਮੁਆਵਜ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭਾਰਤ ਛਾਬੜਾ ਨੇ ਦੱਸਿਆ ਕਿ 11 ਫਰਵਰੀ ਦਿਨ ਸ਼ਨੀਵਾਰ ਨੂੰ ਹਰੇਕ ਅਦਾਲਤ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਏ, ਜਿਸ ਵਿੱਚ ਹਰੇਕ ਤਰ੍ਹਾਂ ਦੇ ਵਿਵਾਦਾਂ ਮੁਕੱਦਮਿਆਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਫੈਂਟਾਨਾਇਲ ਦੀਆਂ ਨਸ਼ੀਲੀਆਂ ਗੋਲੀਆਂ ਸਮਾਜ ਲਈ ਕਿਸ ਹੱਦ ਤੱਕ ਖਤਰਾ ਬਣ ਚੁੱਕੀਆਂ ਨੇ, ਇਸ ਦਾ ਅੰਦਾਜ਼ਾ ਪਿਛਲੇ ਸਾਲ ਇਹਨਾਂ ਦੀ ਵਰਤੋਂ ਨਾਲ ਹੋਈਆਂ ਮੌਤਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਏ। ਸਾਲ 2016 ਵਿੱਚ ਅਲਬਰਟਾ ਵਿੱਚ ਫੈਂਟਾਨਾਇਲ ਨਸ਼ੇ ਦੀ ਵਰਤੋਂ ਨਾਲ 343 ਵਿਅਕਤੀ ਮਾਰੇ ਗਏ। ਇਹਨਾਂ ਵਿੱਚੋਂ 22 ਵਿਅਕਤੀਆਂ ਦੀ ਮੌਤ ਕਾਰ ਫੈਂਟਾਨਾਇਲ ਦੀ ਵਰਤੋਂ ਨਾਲ ਹੋਈ। ਇਹ ਪਦਾਰਥ ਫੈਂਟਾਨਾਇਲ ਨਾਲੋਂ 100 ਗੁਣਾ ਤੇਜ਼ ਹੁੰਦਾ ਏ। 2016 ਵਿੱਚ ਇਕੱਲੇ ਕੈਲਗਰੀ ਵਿੱਚ ਹੀ ਨਸ਼ੀਲੇ ਪਦਾਰਥਾਂ ਨਾਲ 149 ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ। ਮਰਨ ਵਾਲੇ ਲੋਕਾਂ ਵਿੱਚ 80% ਮਰਦ ਨੇ ਤੇ ਇਹਨਾਂ ਵਿੱਚੋਂ ਤਕਰੀਬਨ 50% ਦੀ ਉਮਰ 25 ਸਾਲ ਤੋਂ ਲੈ ਕੇ 39 ਸਾਲ ਤੱਕ ਏ। ਸਿਹਤ ਮੰਤਰੀ ਬ੍ਰਾਂਡੀ ਪੇਨੇ ਨੇ ਮੰਨਿਆ ਏ ਕਿ ਕਿਲਰ ਡਰੱਗ ਕਾਰਨ ਸਥਿਤੀ ਬਹੁਤ ਗੰਭੀਰ ਬਣ ਗਈ ਏ। ਉਹਨਾਂ ਕਿਹਾ ਕਿ ਇਸ ਵਿਰੁੱਧ ਨਿਰੰਤਰ ਲੜਾਈ ਲੜਨੀ ਪਵੇਗੀ। ਦੂਸਰੇ ਪਾਸੇ ਵਿਰੋਧੀ ਪਾਰਟੀਆਂ ਨੇ ਨਸ਼ੀਲੇ ਪਦਾਰਥਾਂ ਬਾਰੇ ਪਹੁੰਚ ਨੂੰ ਲੈ ਕੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਏ। ਲਿਬਰਲ ਆਗੂ ਡੇਵਿਡ ਸਵਾਨ ਨੇ ਕਿਹਾ ਏ ਕਿ ਨਸ਼ੀਲੇ ਪਦਾਰਥਾਂ ਕਾਰਨ ਮੌਤਾਂ ਦਾ ਅੰਕੜਾ ਪਰੇਸ਼ਾਨ ਕਰਨ ਵਾਲਾ ਏ। ਮੁੰਬਈ ਵਿਖੇ ਮਾਮੀ ਫਿਲਮ ਕਲੱਬ ਵੱਲੋਂ ਹਾਲੀਵੁੱਡ ਫਿਲਮ ਮੂਨ ਲਾਈਟ ਦੀ ਸਕਰੀਨਿੰਗ ਰੱਖੀ ਗਈ। ਇਸ ਸਮੇਂ ਮਾਮੀ ਨਾਲ ਜੁੜੇ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਹੋਏ ਲੋਕ ਪਹੁੰਚੇ ਹੋਏ ਸਨ। ਇਹਨਾਂ ਵਿੱਚ ਕਿਰਨ ਰਾਓ, ਅਯਾਨ ਮੁਖਰਜੀ, ਸਯਾਨੀ ਗੁਪਤਾ, ਕਬੀਰ ਖਾਨ ਆਦਿ ਸ਼ਾਮਿਲ ਸਨ। ਇਸ ਸਮੇਂ ਫਿਲਮ ਨਿਰਮਾਤਾ ਤੇ ਨਿਰਦੇਸ਼ਕਾ ਕਿਰਨ ਰਾਓ ਨੇ ਮੂਨ ਲਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਹੁਤ ਹੀ ਦਿਲਚਸਪ ਵਿਸ਼ੇ ਤੇ ਆਧਾਰਿਤ ਫਿਲਮ ਏ। ਉਹਨਾਂ ਕਿਹਾ ਕਿ ਫਿਲਮ ਦੇ ਭਾਰਤ ਵਿੱਚ ਰਿਲੀਜ਼ ਹੋਣ ਬਾਰੇ ਕੋਈ ਜਾਣਕਾਰੀ ਹਜੇ ਨਹੀਂ ਏ। I've been very busy, as you know, Dangal ke celebrations wagaira chal rahe the, so I really haven't paid much attention to this screening. Hamari abhi Mami ki team bahut zabardast ho gayi hai aur wo log sab planning khud kar lete hain aur main actually invitee hu aaj, aise hi aayi hu to grace the occasion. So I don't really know who else is coming and how many people are coming, but hamari ye इनिशिएटिव है, ये हमारा काम है कि हम अच्छा सिनेमा सब तक पहुंचाएं और हर हफ्ते हर महीने हम लोग यही कोशिश करते हैं कि ऐसी फिल्में लाएं जो शायद यहाँ रिलीज़ ना हो या फिर हम पहली स्क्रीनिंग हमारे मेंबर्स के लिए रखें। तो हम मुंबईकर्स को ख़ास तौर से ये इनविटेशन देना चाहते हैं कि प्लीज़ बिकम अ मेंबर ऑफ द मामी फिल्म क्लब, यू गेट टू वॉच ग्रेट फिल्म विद अस। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।